ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਕਥਾ ਵਿਚਾਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਜਪਜੀ ਸਾਹਿਬ ਦੀ 6ਵੀਂ ਪੌੜੀ ਦੇ ਅਰਥ ਵਿਚਾਰ ਸਰਵਣ ਕੀਤੇ ਸੀ। ਅੱਜ ਆਪਾਂ ਉਸ ਤੋਂ ਅੱਗੇ 7ਵੀਂ ਪੌੜੀ ਦੇ ਅਰਥ ਵਿਚਾਰ ਸਰਵਣ ਕਰਾਂਗੇ। ਸਿੱਧਾਂ ਨੇ ਆਪਸ ਵਿੱਚ ਬੈਠ ਕੇ ਵਿਚਾਰਿਆ ਕਿ ਕਲਯੁਗੀ ਜੀਵਾਂ ਦੀ ਉਮਰ ਬੜੀ ਥੋੜ੍ਹੀ ਹੈ, ਇਹਨਾਂ ਨੂੰ ਉਮਰ ਵਧਾਉਣ ਦਾ ਲੋਭ ਦੇ ਕੇ ਆਪਣਾ ਸ਼ਿਸ਼ ਕਰ ਲਈਏ, ਵੀ ਗੁਰੂ ਨਾਨਕ ਦੇਵ ਜੀ ਨੂੰ ਉਮਰ ਵਧਾਉਣ ਦਾ ਲਾਲਚ ਦੇ ਕੇ ਆਪਣਾ ਚੇਲਾ ਬਣਾ ਲਈਏ। ਇਹ ਗੱਲ ਆਪਸ ਵਿੱਚ ਮਿੱਥ ਕੇ ਸਿੱਧਾਂ ਨੇ ਕਿਹਾ, ਹੇ ਬਾਲੇ, ਜੇ ਆਪ ਸਾਡੇ ਸ਼ਿਸ਼ ਹੋ ਜਾਓ ਤਾਂ ਤੁਹਾਡੇ 4 ਯੁਗਾਂ ਦੀ ਉਮਰ ਕਰ ਦਿਆਂਗੇ ਅਤੇ 9 ਖੰਡਾਂ ਵਿੱਚ ਆਪ ਦਾ ਪ੍ਰਤਾਪ ਜਾਣਿਆ ਜਾਵੇਗਾ। ਜਿੱਥੋਂ ਆਪ ਤੁਰ ਕੇ ਜਿਸ ਜਗ੍ਹਾ ਪਹੁੰਚੋਗੇ ਹਰ ਵੇਲੇ ਆਪ ਜੀ ਦੇ ਨਾਲ ਸੇਵਾਦਾਰ ਚੱਲਣਗੇ ਅਤੇ ਆਪ ਜੀ ਦਾ ਨਾਮ ਵੀ ਚੰਗਾ ਰੱਖ ਦਿਆਂਗੇ। ਸਿੱਧਾਂ ਪਾਸੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਫਰਮਾਇਆ, ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ। ਹੇ ਸਿੱਧੋ, ਤੁਸੀਂ ਤਾਂ ਕਹਿੰਦੇ ਹੋ 4 ਯੁਗਾਂ ਦੀ ਉਮਰ ਕਰ ਦਿਆਂਗੇ, ਪਰ ਅਸੀਂ ਕਹਿੰਦੇ ਹਾਂ ਚਾਹੇ ਹੋਰ ਦਸੂਣੀ 10 ਗੁਣਾ ਵੀ ਬਹੁਤੀ ਹੋ ਜਾਵੇ। 10 ਗੁਣਾ 4 40, 10 ਚੌਕਾ 40, ਅਰਥਾਤ 40 ਯੁੱਗ ਦੀ ਉਮਰ ਵੀ ਹੋ ਜਾਵੇ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਪਿਆਓ। ਗੁਰੂ ਮਹਾਰਾਜ ਜੀ ਕਹਿੰਦੇ, ਜੇਕਰ ਤੁਹਾਡੇ ਕਹਿਣ ਮੁਤਾਬਕ 4 ਯੁੱਗ ਉਮਰ ਵੀ ਹੋ ਜਾਵੇ ਅਤੇ ਸਾਡੇ ਕਹਿਣ ਮੁਤਾਬਕ 4 ਦਾ 10 ਗੁਣਾ ਹੋਰ ਵੀ ਵੱਧ ਹੋ ਜਾਵੇ, ਭਾਵ 4 ਗੁਣਾ 10 ਜੋੜ 4 ਭਾਵ 44 ਯੁਗਾਂ ਦੀ ਉਮਰ ਵੀ ਹੋ ਜਾਵੇ ਤਾਂ ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ, ਕੁਰੂਖੇਤ, ਇਲਾਵ੍ਰਤ, ਭਾਰਤ ਖੰਡ ਆਦਿ 9 ਖੰਡਾਂ ਵਿੱਚ ਪ੍ਰਤਾਪ ਵੀ ਜਾਣਿਆ ਜਾਵੇ ਅਤੇ ਜਿਸ ਜਗ੍ਹਾ ਤੋਂ ਤੁਰੀਏ ਉਸ ਜਗ੍ਹਾ ਤੋਂ ਸਭ ਕੋਈ ਨਾਲ ਚੱਲਣਾ ਕਰੇ, ਇਤਨਾ ਸਤਿਕਾਰ ਵੀ ਹੋ ਜਾਵੇ। 9 ਖੰਡ ਕਿਹੜੇ ਹਨ? ਕੀ ਪੁਰਖ ਖੰਡ, ਭੱਦਰ ਖੰਡ, ਕੇਤਮਾਲ ਖੰਡ, ਹਰਵਰਖ ਖੰਡ, ਹਿਰਨਿਆ ਖੰਡ, ਰਮਿਆ ਖੰਡ, ਕੁਰੂਖੇਤ ਖੰਡ, ਇਲਾਵ੍ਰਤ ਖੰਡ, ਭਾਰਤ ਖੰਡ, ਇਹ 9 ਖੰਡ ਸਨ। ਅਤੇ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਅਵਤਾਰਾਂ ਵਾਲਾ ਚੰਗਾ ਨਾਮ ਰਖਾ ਕੇ ਜਸ ਇਸ ਲੋਕ ਵਿੱਚ ਅਤੇ ਕੀਰਤੀ ਪ੍ਰਲੋਕ ਵਿੱਚ ਲੈਣਾ ਕਰੋ, ਜਿਵੇਂ ਜੁਜਾਤੀ ਨੇ ਕਿਰਤੀ ਕਰਾਈ ਸੀ। ਜਿਵੇਂ ਇੱਕ ਵੈਰਾਗੀ ਸੀ, ਉਸਦੇ ਪਾਸੋਂ ਕਿਸੇ ਨੇ ਪੁੱਛਿਆ ਤੇਰੇ ਗੁਰੂ ਦਾ ਨਾਮ ਕੀ ਹੈ, ਤਾਂ ਉਸਨੇ ਕਿਹਾ ਮੇਰੇ ਗੁਰੂ ਦਾ ਨਾਮ ਰੁਲਦੂ ਹੈ। ਫਿਰ ਪੁੱਛਿਆ ਤੇਰਾ ਨਾਮ ਕੀ ਹੈ, ਆਖਿਆ ਹੈ ਗੁਰੂ ਜੀ ਦੀ ਦਇਆ ਨਾਲ ਮੇਰਾ ਨਾਮ ਸ਼੍ਰੀਮਾਨ ਸੰਤ ਹਰਚਰਨ ਕਮਲ ਰਜ ਧੂੜੀ ਦਾਸ ਸਾਹਿਬ ਜੀ। ਇਸ ਤਰ੍ਹਾਂ ਦਾ ਚੰਗਾ ਲੰਮਾ ਨਾਮ ਰੱਖ ਕੇ ਜਸ ਦੇ ਕੇ ਕਰਾਉਣ ਵਾਲੇ ਕਰਮਾਂ ਵਿੱਚ ਰਤੀ ਪ੍ਰੀਤੀ ਕਰਨੀ ਵੀ ਜਗਤ ਵਿੱਚ ਲੈਣਾ ਕਰੇ, ਵੀ ਚੰਗਾ ਨਾਮ ਵੀ ਰੱਖ ਲਵਾਂ, ਪ੍ਰੀਤੀ ਵੀ ਮਿਲੇ ਮੈਨੂੰ, ਪਿਆਰ ਵੀ ਮਿਲੇ ਲੋਕਾਂ ਦਾ, ਜਸ ਕਰਾਵਾਂ, ਜਸ ਮੂੰਹ ਸਾਹਮਣੇ ਕਿਰਤੀ ਪਿੱਠ ਪਿੱਛੇ ਲੈਣਾ ਕਰੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਪਰ ਜੇਕਰ ਅਜਿਹਾ ਪੁਰਸ਼ ਉਸ ਗੁਣ ਨਿਧਾਨ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੇਠ ਨਹੀਂ ਆਉਂਦਾ, ਭਾਵੇਂ ਤੁਸੀਂ ਸਾਰੀ ਦੁਨੀਆ ਦੀ ਨਜ਼ਰ ਦੇ ਵਿੱਚ ਚੰਗੇ ਇਨਸਾਨ ਬਣ ਜਾਓ, ਪਰ ਜੇ ਤੁਸੀਂ ਪਰਮਾਤਮਾ ਦੀ ਨਜ਼ਰ ਦੇ ਵਿੱਚ ਚੰਗੇ ਨਹੀਂ ਹੋ,
ਪਰਮਾਤਮਾ ਦੀ ਨਜ਼ਰ ਵਿੱਚ ਨਹੀਂ ਹੋ, ਜਿਨ੍ਹਾਂ ਮਹਾਤਮਾ ਨੇ ਸੰਸਾਰ ਨੂੰ ਮਿੱਥਿਆ ਰੂਪ ਜਾਣਿਆ ਹੈ, ਉਹ ਤੱਤਵ ਤੇ ਮਹਾਤਮਾ ਦੀ ਗੱਲ ਹੀ ਨਹੀਂ ਪੁੱਛਦੇ। ਜੇਕਰ ਇਹ ਪੁਰਸ਼ ਉਸ ਪਰਮਾਤਮਾ ਨੂੰ ਆਪਣੀ ਨਜ਼ਰ ਹੇਠ ਨਹੀਂ ਲਿਆਉਂਦਾ, ਜਿਸ ਦਾ ਨਾਮ ਵੀ ਚੰਗਾ ਹੈ, ਉਮਰ ਵੀ ਜ਼ਿਆਦਾ ਹੈ, ਭਾਵ ਉਸ ਉੱਤੇ ਆਸਤਕ ਭਾਵਨਾ ਨਹੀਂ ਧਾਰਦਾ ਅਤੇ ਭਜਨ ਸਿਮਰਨ ਕਰਨ ਵਾਲਿਆਂ ਨੂੰ ਟਿਚਕਰਾਂ ਕਰਦਾ, ਤਾਂ ਕੋਈ ਦਿਨ ਐਸਾ ਆਵੇਗਾ ਜਦੋਂ ਕਿ ਕੋਈ ਸੰਬੰਧੀ ਵੀ ਇਸ ਦੀ ਗੱਲ ਨਹੀਂ ਪੁੱਛੇਗਾ। ਜਿਵੇਂ ਹੰਕਾਰੀ ਮਸੰਦਾ ਨੂੰ ਕਿਸੇ ਨੇ ਨਹੀਂ ਸੀ ਪੁੱਛਿਆ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਸਗੋਂ ਉਸਦੇ ਕੀਤੇ ਦੋਸ਼ ਉਸਦੇ ਜਿੰਮੇ ਲਗਾ ਕੇ ਉਸਨੂੰ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਉਹ ਕੀੜਿਆਂ ਵਿੱਚ ਕੀੜਾ ਕੀਤਾ ਜਾਵੇਗਾ, ਭਾਵ ਨੀਚ ਜੂਨੀਆਂ ਨੂੰ ਧਾਰੇਗਾ। ਇੱਕ ਦਿਨ ਸ਼੍ਰੀ ਰਾਮ ਚੰਦਰ ਜੀ ਰਾਜ ਸਿੰਘਾਸਨ ਪਰ ਬੈਠੇ ਹੋਏ ਸਨ, ਪਾਸ ਬਹੁਤ ਸਾਰੇ ਰਿਖੀ ਮੁਨੀ ਵਸ਼ਿਸ਼ਟ ਜੀ ਆਦਿ ਸੁਸ਼ੋਭਿਤ ਸਨ। ਸ਼੍ਰੀ ਰਾਮ ਚੰਦਰ ਜੀ ਦੀ ਨਿਗਾਹ ਵਿੱਚ ਕੀੜੇ ਇੱਕ ਕੀੜੇ 'ਤੇ ਚਲੀ ਗਈ, ਜਿਸ ਦੀਆਂ ਪਿਛਲੀਆਂ ਦੋ ਲੱਤਾਂ ਟੁੱਟੀਆਂ ਹੋਈਆਂ ਸਨ। ਉਹ ਕੰਧ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਪਰ ਚੜ੍ਹਿਆ ਨਹੀਂ ਸੀ ਜਾਂਦਾ, ਕਈ ਵਾਰੀ ਕੰਧ ਉੱਤੇ ਚੜ੍ਹਿਆ ਅਤੇ ਫਿਰ ਥੱਲੇ ਗਿਰ ਪਿਆ। ਉਸਨੂੰ ਵੇਖ ਕੇ ਰਾਮ ਚੰਦਰ ਜੀ ਮੁਸਕਰਾ ਪਏ, ਹੱਸ ਪਏ। ਵਸ਼ਿਸ਼ਟ ਨੇ ਪੁੱਛਿਆ, ਹੇ ਰਾਮ ਜੀ, ਆਪ ਹੱਸੇ ਕਿਉਂ, ਇਸ ਦਾ ਕਾਰਨ ਜ਼ਰੂਰ ਦੱਸੋ। ਸ਼੍ਰੀ ਰਾਮ ਚੰਦਰ ਜੀ ਨੇ ਕਿਹਾ, ਉਹ ਜਿਹੜਾ ਕੀੜਾ ਕੰਧ ਉੱਤੇ ਚੜ੍ਹਦਾ ਅਤੇ ਵਾਰੰਵਾਰ ਡਿੱਗਦਾ ਹੈ, ਇਸਨੂੰ ਦੇਖ ਕੇ ਹੱਸੇ ਹਾਂ, ਕਿਉਂਕਿ ਇਹ ਭੂਤ ਕਾਲ ਵਿੱਚ 14 ਵਾਰੀ ਇੰਦਰ ਬਣ ਚੁੱਕਾ, ਵਿਪਰੀਤ ਬੁੱਧੀ ਹੋਣ ਦੇ ਕਾਰਨ ਅਤੇ ਸਿਮਰਨ ਤੋਂ ਬਿਨਾਂ ਹੋਣ ਕਰਕੇ ਅੱਜ ਇਸ ਦੀ ਇਹ ਹਾਲਤ ਹੋ ਰਹੀ ਹੈ। ਜੀਵ ਚਾਹੇ ਕਿਤਨਾ ਵੱਡਾ ਵੀ ਹੋ ਜਾਵੇ, ਪਰੰਤੂ ਨਾਮ ਤੋਂ ਬਿਨਾਂ ਟੇਢੀਆਂ ਜੂਨਾਂ ਵਿੱਚ ਆਉਂਦਾ, ਕੀੜੇ ਆਦਿਕ ਜੂਨਾਂ ਵਿੱਚ ਪੈ ਕੇ ਦੁੱਖ ਸਹਾਰਦਾ। ਵਸ਼ਿਸ਼ਠ ਜੀ ਨੇ ਕਿਹਾ, ਸਭਾ ਵਿੱਚ ਬੈਠਿਆਂ ਹੋਇਆਂ ਸਾਰਿਆਂ ਜੀਵਾਂ ਨੂੰ ਇਸ ਗੱਲ ਦਾ ਗਿਆਨ ਕਿਵੇਂ ਹੋਵੇ? ਆਪ ਕਿਰਪਾ ਕਰਕੇ 4 ਘੜੀਆਂ ਵਾਸਤੇ ਇਹਨਾਂ ਸਾਰਿਆਂ ਨੂੰ ਸਰਬੱਗਤਾ ਬਖਸ਼ੋ, ਤਾਂ ਕਿ ਸਾਰੇ ਦੇਖ ਲੈਣ ਕਿ ਸਿਮਰਨ ਤੋਂ ਬਿਨਾਂ ਜੀਵ ਦੀ ਇਹ ਹਾਲਤ ਹੁੰਦੀ ਹੈ। ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਨੇ ਸਾਰਿਆਂ ਨੂੰ ਸਰਬੱਗਤਾ ਦੇ ਦਿੱਤੀ ਅਤੇ ਸਭਨਾਂ ਨੇ ਅੰਤਰ ਧਿਆਨ ਹੋ ਕੇ ਦੇਖ ਲਿਆ ਕਿ ਠੀਕ, ਇਸਨੇ 14 ਵਾਰੀ ਇੰਦਰ ਬਣ ਕੇ ਰਾਜ ਭਾਗ ਕੀਤਾ, ਪਰੰਤੂ ਸਿਮਰਨ ਤੋਂ ਬਿਨਾਂ ਹੋਣ ਕਰਕੇ ਪਰਮੇਸ਼ਰ ਦੀ ਨਿਗਾਹ ਵਿੱਚੋਂ ਗਿਰ ਗਿਆ, ਤਾਂ ਹੀ ਅੱਜ ਇਸ ਦੀ ਇਹ ਹਾਲਤ ਹੋ ਰਹੀ ਹੈ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ, ਟੇਢੀਆਂ ਜੂਨਾਂ ਦੇ ਅੰਦਰੋਂ ਕੀਟ ਕਰ ਸੱਪ ਕੀਤਾ ਜਾਂਦਾ, ਟੇਢੀਆਂ ਜੂਨਾਂ ਦੇ ਵਿੱਚੋਂ ਜਾਣਿਆ ਜਾਂਦਾ, ਦੋਸ਼ੀ ਤਾਂ ਉਹ ਸੱਪ ਅੱਗੇ ਹੀ ਹੈ, ਪਰ ਜਦ ਕਿਸੇ ਨੂੰ ਡੰਗ ਮਾਰਿਆ ਤਦ ਹੋਰ ਦੋਸ਼ ਧਾਰਨ ਕਰਦਾ, ਕਿਉਂਕਿ ਸੱਪ ਜੂਨ ਸਭ ਤੋਂ ਭੈੜੀ ਜੂਨ ਹੈ, ਯਥਾ ਸਭ ਤੋਂ ਮੰਦੀ ਸੱਪ ਜੂਨ ਸੱਪਾਂ ਵਿੱਚ ਕੁਜਾਤ ਕੁਭਾਈ। ਫਿਰ ਸਿੱਧਾਂ ਨੇ ਬੇਨਤੀ ਕੀਤੀ, ਅਜਿਹਾ ਮਨੁੱਖ ਕਿਸੇ ਤਰੀਕੇ ਨਾਲ ਸੰਸਾਰ ਸਮੁੰਦਰ ਤੋਂ ਤਰ ਵੀ ਸਕਦਾ ਹੈ ਕਿ ਨਹੀਂ? ਤਾਂ ਗੁਰੂ ਜੀ ਨੇ ਫਰਮਾਇਆ, ਇਸ ਤਰੀਕੇ ਨਾਲ ਤਰ ਸਕਦਾ, ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰੇ ਆਵੈ, ਪਿਛਲੇ ਗੁਣੇ ਸਤਿਗੁਰੂ ਬਖਸ਼ ਲਏ, ਸਤਸੰਗਤ ਨਾਰ ਲਾਵੈ, ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾਜਲ ਜਾਏ, ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਜਿਵੇਂ ਟੋਬਿਆਂ ਨਾਲਿਆਂ ਦਾ ਪਾਣੀ ਕਿਤਨਾ ਹੀ ਗੰਦਾ ਹੋਵੇ, ਪਰ ਜਦੋਂ ਉਹ ਸਮੁੰਦਰ ਦੇ ਵਿੱਚ ਮਿਲਦਾ ਹੈ ਤਾਂ ਸਾਫ਼ ਪਾਣੀ ਹੋ ਜਾਂਦਾ ਹੈ, ਸਾਰੀ ਗੰਦਗੀ ਉਸਦੀ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਤਨਾ ਮਰਜ਼ੀ ਪਾਪੀ ਮਨੁੱਖ ਹੋਵੇ, ਜਿਤਨੇ ਮਰਜ਼ੀ ਉਸਨੇ ਪਾਪ ਕੀਤੇ ਹੋਣ, ਪਰ ਜਦੋਂ ਉਸਨੇ ਇੱਕ ਵਾਰ ਸੱਚੇ ਮਨ ਦੇ ਨਾਲ ਸਾਰੇ ਵਿਕਾਰ ਪਾਪ ਛੱਡ ਦਿੱਤੇ ਅਤੇ ਗੁਰੂ ਦੀ ਸ਼ਰਨ ਵਿੱਚ ਆ ਗਿਆ,
ਅਤੇ ਪਾਪਾਂ ਤੋਂ ਤੌਬਾ ਕਰ ਲਈ, ਫਿਰ ਪਰਮਾਤਮਾ ਉਸ ਦੇ ਔਗੁਣ ਭੁੱਲ ਕੇ, ਪਾਪ ਭੁੱਲ ਕੇ ਉਸਨੂੰ ਬਖਸ਼ ਲੈਂਦਾ ਹੈ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਪਿਛਲੇ ਔਗੁਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਪਰਮਾਤਮਾ ਸਾਡੇ ਪਿਛਲੇ ਔਗੁਣ ਬਖਸ਼ ਲੈਂਦਾ ਹੈ ਅਤੇ ਸਹੀ ਰਸਤੇ ਪਾ ਦਿੰਦਾ ਹੈ। ਹਮ ਪਾਪੀ ਤੁਮ ਪਾਪ ਖੰਡਣ, ਅਸੀਂ ਬੜੇ ਪਾਪੀ ਹਾਂ ਪਰ ਪਰਮਾਤਮਾ ਪਾਪ ਖੰਡਣ ਹੈ। ਜਿਸ ਤਰ੍ਹਾਂ ਮਾਂ ਚਿੱਕੜ ਵਿੱਚ ਲਿਬੜੇ ਹੋਏ ਬੱਚੇ ਨੂੰ ਮਮਤਾ ਵਸ ਹੋ ਕੇ, ਪ੍ਰੇਮ ਵਸ ਹੋ ਕੇ ਇਹ ਨਹੀਂ ਦੇਖਦੀ ਕਿ ਉਹ ਕਿਤਨਾ ਗੰਦਾ ਹੈ, ਉਸਦੇ ਕੱਪੜੇ ਕਿਤਨੇ ਗੰਦੇ ਹਨ, ਫਿਰ ਵੀ ਉਸਨੂੰ ਬੁੱਕਲ ਵਿੱਚ ਲੈ ਲੈਂਦੀ ਹੈ, ਗੋਦ ਵਿੱਚ ਬਿਠਾ ਲੈਂਦੀ ਹੈ। ਉਸੇ ਤਰ੍ਹਾਂ ਪਰਮਾਤਮਾ ਹੈ। ਪਰਮਾਤਮਾ ਨੇ ਤਾਂ ਕਿਤਨੀਆਂ ਮਾਵਾਂ ਬਣਾਈਆਂ ਹਨ, ਸੋਚੋ ਉਹ ਸਾਨੂੰ ਕਿਤਨਾ ਪਿਆਰ ਕਰਦਾ ਹੋਵੇਗਾ। ਅਤੇ ਜੋ ਸਾਡੀ ਗੰਦਗੀ ਹੈ, ਸਾਡੇ ਕੀਤੇ ਹੋਏ ਪਾਪ ਹਨ, ਅਵਗੁਣ ਹਨ, ਪਰਮਾਤਮਾ ਉਹਨਾਂ ਸਾਰਿਆਂ ਨੂੰ ਭੁੱਲ ਕੇ ਸਾਨੂੰ ਗਲੇ ਲਗਾਉਣ ਦੇ ਕਾਬਿਲ ਹੈ। ਜੇਕਰ ਆਪਣੇ ਆਪ ਨੂੰ ਗੁਣਹੀਨ ਦੱਸ ਕੇ ਅਕਾਲ ਪੁਰਖ ਪਾਸ ਬੇਨਤੀਆਂ ਕਰੇ, ਯਥਾ ਨਾ ਮੈਂ ਯੋਗ ਧਿਆਨ ਚਿਤ ਲਾਇਆ, ਬਿਨ ਬੈਰਾਗ ਨ ਛੁੱਟ ਸਮਾਇਆ, ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਅਧਾਰਾ। ਇਸ ਤਰ੍ਹਾਂ ਬੇਨਤੀਆਂ ਕਰੇ ਕਿ ਮੈਂ ਨਿਰਗੁਣ ਹਾਂ, ਮੇਰੇ ਵਿੱਚ ਕੋਈ ਸ਼ੁਭ ਗੁਣ ਨਹੀਂ ਹੈ, ਤਾਂ ਉਹ ਪਰਮਾਤਮਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਗੁਰੂ ਜੀ ਫਰਮਾਉਂਦੇ ਹਨ, ਗੁਣਾਂ ਤੋਂ ਰਹਿਤ ਜੋ ਨਿਰਗੁਣ ਪੁਰਸ਼ ਹਨ ਉਹਨਾਂ ਨੂੰ ਗੁਣ ਦੇਣਾ ਕਰਦਾ ਹੈ, ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਣਾਂ ਵਾਲਾ ਭਾਵ ਹੰਕਾਰੀ ਮੰਨਿਆ ਹੈ ਉਹਨਾਂ ਨੂੰ ਗੁਣ ਦੇ ਫਾਹੀ ਦਿੰਦਾ ਹੈ। ਜਬ ਲੱਗ ਜਾਣਾ ਮੁਝ 'ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀਂ ਕੋਈ। ਜੋ ਜਾਣਨਾ ਮੈਂ ਜੋਬਰਵੰਤ, ਸੋ ਹੋਵਤ ਵਿਸ਼ਟਾਕਾ ਜੰਤ। ਜਿਸਨੂੰ ਹੰਕਾਰ ਹੁੰਦਾ ਹੈ, ਜਿਸਨੂੰ ਆਪਣੇ ਗੁਣਾਂ ਦਾ ਹੰਕਾਰ ਹੁੰਦਾ ਹੈ, ਉਸਨੂੰ ਫਿਰ ਜੰਮਾਂ ਦੀ ਫਾਹੀ ਮਿਲਦੀ ਹੈ। ਜਿਸ ਤਰ੍ਹਾਂ ਬੱਦਲ ਵਰਖਾ ਕਰਦਾ ਤਾਂ ਸਾਰੇ ਹੀ ਵਰਸਦਾ ਹੈ, ਜਿੱਥੇ ਜਲ ਹੈ ਉੱਥੇ ਵੀ ਵਰਸਦਾ, ਜਿੱਥੇ ਜਲ ਨਹੀਂ ਉਸ ਜਗ੍ਹਾ ਵੀ ਵਰਸਦਾ ਹੈ। ਇਸੀ ਪ੍ਰਕਾਰ ਉਹ ਪਰਮਾਤਮਾ ਸ਼ਰਧਾ ਆਦਿ ਗੁਣਾਂ ਤੋਂ ਰਹਿਤ ਜੋ ਪੁਰਸ਼ ਹਨ ਉਹਨਾਂ ਨੂੰ ਸੱਤ ਸੰਤੋਖ ਆਦਿ ਗੁਣ ਦੇਣਾ ਕਰਦਾ, ਅਤੇ ਸੱਤ ਸੰਤੋਖ ਆਦਿਕ ਗੁਣਾਂ ਦੇ ਸਹਿਤ ਜੋ ਪੁਰਸ਼ ਹਨ ਉਹਨਾਂ ਨੂੰ ਵੀ ਹੋਰ ਗਿਆਨ ਗੁਣ ਦਿੰਦਾ ਹੈ, ਕਿਉਂਕਿ ਨਿਆਇਕਾਂ ਦੇ ਗਿਆਨ ਨੂੰ ਗੁਣ ਮੰਨਿਆ ਹੈ। ਫਿਰ ਸਿੱਧਾਂ ਨੇ ਕਿਹਾ, ਕੋਈ ਅਜਿਹਾ ਮਨੁੱਖ ਹੈ ਜੋ ਪਰਮਾਤਮਾ ਦੇ ਗੁਣਾਂ ਦਾ ਪ੍ਰਤੀ ਬਦਲਾ ਦੇ ਸਕੇ? ਗੁਰੂ ਜੀ ਕਹਿੰਦੇ, ਤੇਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ। ਹੇ ਸਿੱਧੋ, ਤੇਹਾ ਤਿਸ ਪਰਮਾਤਮਾ ਜਿਹਾ ਮੈਨੂੰ ਹੋਰ ਕੋਈ ਨਹੀਂ ਦਿਸਦਾ ਜੋ ਤਿਸ ਨੂੰ ਕੋਈ ਗੁਣ ਪ੍ਰਤ ਬਦਲਾ ਦੇਣਾ ਕਰੇ। ਨਿਰੰਕਾਰ ਨੇ ਕਿਰਪਾ ਕਰਕੇ ਇਹ ਜੋ ਮਨੁੱਖਾ ਜਨਮ ਦਿੱਤਾ ਹੈ, ਇਸ ਦੇ ਇੱਕ ਇੱਕ ਅਮੋਲਕ ਅੰਗ ਐਸੇ ਹਨ ਜੋ ਦੁਨੀਆ ਦੇ ਉੱਚੇ ਤੋਂ ਉੱਚੇ ਡਾਕਟਰ ਅਤੇ ਸਾਇੰਸਦਾਨ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ। ਕੇਵਲ ਅੱਖਾਂ 'ਚੋਂ ਜੋਤ ਖਿੱਚ ਲਵੋ ਤਾਂ ਡਾਕਟਰ, ਵੈਦ, ਹਕੀਮ ਵਗੈਰਾ ਕੁਝ ਵੀ ਨਹੀਂ ਕਰ ਸਕਦਾ। ਇਤਨੀਆਂ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਕਥਾ ਕਰਦਿਆਂ, ਪਾਠ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।